ਤਾਂ ਦੱਸਦੇ ਕਿ ਨਸ਼ੇ ਦੀ ਭੇਟ ਕਬੱਡੀ ਦਾ ਇਹ ਚੋਟੀ ਦਾ ਖਿਡਾਰੀ ਚੜ੍ਹ ਗਿਆ ਤੇ ਦੋਸਤਾਂ ਦੇ ਕਹਿਣ ਤੇ ਇਸ ਦੇ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਸੀ ਤੇ ਓਵਰਡੋਸ ਦੇ ਕਾਰਨ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਜੋ ਕਿ ਨਾਭੇ ਦਾ ਰਹਿਣ ਵਾਲਾ ਸੀ ਤੇ ਉਮਰ ਇਸਦੀ 37 ਸਾਲ ਸੀ, ਜੋ ਕਿ ਕਬੱਡੀ ਦਾ ਇੱਕ ਸਾਬਕਾ ਤੇ ਵਧੀਆ ਖਿਡਾਰੀ ਸੀ। ਬੀਤੇ ਸਮੇਂ ਦੌਰਾਨ ਸੱਟ ਲੱਗਣ ਕਾਰਨ ਉਸਨੇ ਕਬੱਡੀ ਛੱਡ ਕੇ ਇੱਕ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਕਰ ਲਿਆ ਸੀ ਤਾਂ ਉੱਥੇ ਇਸਦੀ ਦੋਸਤੀ ਇੱਕ ਨੌਜਵਾਨ ਦੇ ਨਾਲ ਹੋਈ, ਜਿਸ ਤੋਂ ਬਾਅਦ ਉਹ ਇਸਦਾ ਦੋਸਤ ਬਣ ਗਿਆ ਤੇ ਉਸਨੇ ਇਸ ਖਿਡਾਰੀ ਨੂੰ ਚਿੱਟੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਤੋਂ ਬਾਅਦ ਇਸਦੀ ਮੌਤ ਹੋ ਗਈ। ਤਾਂ ਮੌਤ ਹੋਣ ਤੋਂ ਬਾਅਦ ਵੀ ਉਹ ਉਸਨੂੰ ਘਰ ਛੱਡ ਕੇ ਆਇਆ ਤੇ ਪਰਿਵਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਇਆ ਕਿ ਸਤਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਉਸਨੇ ਸ਼ਰਾਬ ਦਾ ਵੱਧ ਸੇਵਨ ਕਰ ਲਿਆ, ਜਿਸ ਕਰਕੇ ਉਸਨੂੰ ਆਰਾਮ ਕਰਨ ਦਿਓ। ਤਾਂ ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਦੱਸਦੇ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਸ ਮੌਕੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਕਦੇ ਵੀ ਸ਼ਰਾਬ ਦਾ ਸੇਵਨ ਨਹੀਂ ਕਰਦਾ ਸੀ ਤੇ ਚਿੱਟਾ ਤਾਂ ਉਸਨੇ ਕਦੇ ਲਗਾਇਆ ਵੀ ਨਹੀਂ ਸੀ, ਤਾਂ ਉਹ ਇੱਕ ਕਬੱਡੀ ਦਾ ਵਧੀਆ ਖਿਡਾਰੀ ਸੀ। ਤਾਂ ਹੁਣ ਉਹ ਫੈਕਟਰੀ ਦੇ ਵਿੱਚ ਕੰਮ ਲੱਗਿਆ ਸੀ ਜਿੱਥੇ ਉਸਦੀ ਮੁਲਾਕਾਤ ਇੱਕ ਵਿਅਕਤੀ ਦੇ ਨਾਲ ਹੋਈ ਸੀ ਤੇ ਉਹ ਉਸਦਾ ਦੋਸਤ ਬਣ ਗਿਆ ਤੇ ਉਸਦੇ ਵੱਲੋਂ ਹੀ ਉਸਨੂੰ ਚਿੱਟੇ ਦਾ ਇੰਜੈਕਸ਼ਨ ਲਗਾਇਆ ਗਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪਿੱਛੇ ਪਰਿਵਾਰ ਦੇ ਵਿੱਚ ਉਸਦੀ ਪਤਨੀ ਤੇ 2 ਬੱਚੇ ਰਹਿ ਗਏ ਨੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਚਿੱਟੇ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਜਾਵੇ ਤਾਂ ਜੋ ਹਰ ਘਰ ਨੂੰ ਬਚਾਇਆ ਜਾ ਸਕੇ। ਡੈਥ ਹੋਈ ਆ ਓਵਰਡੋਜ਼ ਕਰਕੇ, ਬਟ ਉਹ ਡਰੱਗ ਲੈਂਦੇ ਨਹੀਂ ਸੀਗੇ। ਇਹ ਜਿੱਦਾਂ ਕਹਿ ਦਿੰਦੇ ਆ ਕਿ ਉਹਨਾਂ ਦੇ ਜਿਹੜੇ ਸੀਗੇ ਮੁੰਡੇ, ਹੈ ਨਾ, ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਦੇਖ, ਹੈ ਨਾ, ਇੱਦਾਂ ਕੁਛ ਉਹਨਾਂ ਨੇ ਟੀਕਾ ਲਾਇਆ, ਉਹਨਾਂ ਨੇ ਫੋਰਸਫੁਲੀ ਕਹਿ ਲਓ ਜਾਂ ਜਿੱਦਾਂ, ਹੈ ਨਾ, ਬੰਦੇ ਨੂੰ ਨਹੀਂ ਪਤਾ ਹੁੰਦਾ ਅਤੇ ਉਹਨਾਂ ਜੇਕਰ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉੱਥੇ ਉਸ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉੱਥੋਂ ਮੌਕੇ 'ਤੇ ਉਹਨਾਂ ਨੇ ਟੀਕਾ ਲਾਇਆ, ਉੱਥੇ ਗਿਰ ਗਏ ਸੀਗੇ ਅਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ। ਬਾਅਦ 'ਚ ਦੁਬਾਰਾ ਰਾਤ ਨੂੰ ਫਿਰ ਘਰ ਛੱਡ ਕੇ ਗਏ ਆ ਉਹ, ਮਤਲਬ ਉਹਨਾਂ ਨੇ ਕੋਈ ਪੁੱਛੇ ਕਿਸੇ ਨੇ ਕੁਛ ਦੱਸਿਆ ਨਹੀਂ, ਹੈ ਨਾ, ਵੀ ਘਰਦਿਆਂ ਨੂੰ ਦੱਸਿਆ ਵੀ ਅਸੀਂ ਇਹਦੇ ਟੀਕਾ ਲਾਤਾ ਆ। ਘਰ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ, ਕਹਿੰਦੇ ਵੀ ਉੱਦਾਂ ਹੀ ਬਸ ਦਾਰੂ ਪੀਤੀ ਆ ਅਤੇ ਘੰਟੇ ਬਾਅਦ ਠੀਕ ਹੋ ਜੂਗਾ, ਇੱਦਾਂ ਕਰਕੇ ਘਰ ਪਾ ਗਏ ਲੰਮੇ। ਬ੍ਰਦਰ ਤੁਹਾਡਾ ਕੀ ਕੰਮ ਕਰਦਾ? ਪਹਿਲਾਂ ਕਬੱਡੀ ਖੇਡਦੇ ਸੀ, ਵਧੀਆ ਬਹੁਤ ਵਧੀਆ ਪਲੇਅਰ ਸੀਗੇ ਅਤੇ ਹੁਣ ਕਰਤਾਰ ਫੈਕਟਰੀ 'ਚ ਲੱਗੇ ਹੋਏ ਸੀ। ਕਿੰਨੀ ਉਮਰ ਹੈ? 37 ਸਾਲ ਦੀ ਉਮਰ ਸੀ। ਬੱਚੇ ਵੀ ਨੇ? ਹਾਂਜੀ, 2 ਬੱਚੇ ਨੇ ਉਹਨਾਂ ਦੇ, ਇੱਕ ਬੇਟਾ ਇੱਕ ਬੇਟੀ। ਕਿੰਨੇ ਕਿੰਨੇ ਸਾਲ? 15 ਸਾਲ ਦਾ ਬੇਟਾ ਜੀ, 12 ਸਾਲ ਦੀ ਬੇਟੀ ਹੈ। ਮੰਗ ਕੀ ਕਰਦੇ? ਇਹੀ ਹੈ ਜੀ, ਜਿਨ੍ਹਾਂ ਨੇ ਕਰਾਇਆ ਆ ਜਾਂ ਜਿਨ੍ਹਾਂ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਵਧੀਆ ਨਾਲ ਸਪੋਰਟ ਕਰੀਏ ਜੀ, ਉਹਨਾਂ ਨਾਲ ਹੀ ਜਿੱਦਾਂ ਸਹਿਯੋਗ ਪੂਰਾ ਦਿੱਤੇ ਜਾਣ। ਸਰ ਪਰਚਾ ਦਰਜ ਹੋ ਗਿਆ? ਹਾਂਜੀ, ਪਰਚਾ ਦਰਜ ਹੋ ਗਿਆ। ਉਹ ਬ੍ਰਦਰ ਦਾ ਤੁਹਾਡੇ ਦਾ ਦੋਸਤ ਸੀਗਾ ਜਿਹੜਾ ਮੁੰਡਾ? ਨਹੀਂ ਜੀ, ਉਹ ਕਰਤਾਰ ਫੈਕਟਰੀ ਜਿੱਥੇ ਮੇਰੇ ਬ੍ਰਦਰ ਕੰਮ ਕਰਦੇ ਸੀ ਨੇ ਉਹਨਾਂ ਦੇ ਅੰਡਰ ਲੱਗਿਆ ਹੋਇਆ ਸੀ। ਥੋੜ੍ਹੇ ਦਿਨਾਂ ਤੋਂ ਹੀ ਜੁਆਇਨਿੰਗ ਕਰੀ ਆ ਮੁੰਡੇ ਨੇ, ਮੈਨੂੰ ਪਤਾ ਲੱਗਿਆ, ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗੇ ਅਤੇ ਥੋੜ੍ਹੇ ਦਿਨਾਂ ਤੋਂ ਜੁਆਇਨਿੰਗ ਕਰੀ ਆ, ਚਲੋ ਉਹਦੇ ਨਾਲ ਜੂਨੀਅਰ ਲੱਗਿਆ ਹੋਇਆ ਸੀਗਾ, ਉੱਥੇ ਕੰਮ ਕੁੰਮ ਕਰਦੇ ਜਾਣ ਪਛਾਣ ਹੋਈ ਆ ਅਤੇ ਉਹਨੂੰ ਸੀਗਾ ਕਬੱਡੀ ਦਾ ਪਲੇਅਰ ਸੀਗਾ, ਪਰ ਡਰਿੰਕ ਕਦੇ ਕਦੇ ਕਰ ਲੈਂਦਾ ਸੀ, ਇੱਦਾਂ ਹੋਰ ਕੋਈ ਡਰੱਗ ਉਹਨੇ ਅੱਜ ਤੱਕ ਕੀਤਾ ਨਹੀਂ ਸੀਗਾ ਜੀ। ਇਹਦਾ ਕੋਈ ਭੋਲਾ ਭੋਲੂ ਪਤਾ ਨਹੀਂ, ਇੱਦਾਂ ਭੋਲੂ ਨਾਮ ਹੈ ਇੱਦਾਂ। ਤੁਹਾਡਾ ਬ੍ਰਦਰ ਬਚ ਵੀ ਸਕਦਾ ਜੀ ਜੇ ਮੌਕੇ? ਹਾਂਜੀ, ਦੇਖੋ ਉਹ 5 ਵਜੇ ਕੰਮ ਤੋਂ ਆਇਆ, ਠੀਕ ਹੈ ਜੀ, 5:30 ਵਜੇ ਇਹਨੂੰ ਲੈ ਕੇ ਗਿਆ ਇਹ ਜਿਹੜਾ ਇਹਦਾ ਨਾਮ ਭੋਲੂ ਆ। ਉਸ ਤੋਂ ਬਾਅਦ ਹੁਣ ਇਹ ਨਹੀਂ ਪਤਾ ਇਹਨਾਂ ਨੇ ਕਿੰਨੇ ਵਜੇ ਨਸ਼ਾ ਕਰਾਇਆ ਉਹਨੂੰ, ਹੈ ਨਾ, ਉਸ ਟਾਈਮ ਵੀ ਦੱਸ ਸਕਦਾ ਸੀ ਜੇ ਖੁਦ ਨਹੀਂ ਲੈ ਕੇ ਜਾਣਾ ਸੀ ਹੋਸਪਿਟਲ 'ਚ, ਹੈ ਨਾ, ਅਤੇ ਬਾਅਦ 'ਚ ਹੁਣ ਇਹਨੇ ਸਾਰਾ ਕੁਝ ਦੱਸਿਆ ਆ ਵੀ ਉਹਦੇ ਮੂੰਹ 'ਚ ਝੱਗ ਨਿਕਲੀ ਆ, ਉੱਥੇ ਗਿਰ ਗਿਆ ਸੀ, ਹੈ ਨਾ, ਨਾਲ ਦੀ ਨਾਲ ਲੌਂਗ ਇੰਜੈਕਟ ਕਰਨ ਤੋਂ ਬਾਅਦ ਜੋ ਵੀ ਜਿੱਦਾਂ ਵੀ ਦਿੱਤਾ, ਹੈ ਨਾ, ਅਤੇ ਇਹ ਉੱਥੇ ਛੱਡ ਕੇ ਉਹਨੂੰ ਚੱਲ ਗਏ
ਬਾਅਦ 'ਚ ਰਾਤ ਨੂੰ ਹਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ, 10:30-11 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ 'ਤੇ ਘੜੀਸ ਕੇ ਲੈ ਕੇ ਗਏ ਨੇ, ਉਹਦੇ ਪੈਰ ਵੀ ਸੜਕ 'ਤੇ ਘੜੀਸ ਦੀ ਗਏ ਨੇ, ਠੀਕ ਹੈ। ਹਾਂ, ਨੀਚੋਂ ਉਂਗਲਾਂ ਫਰੰਟ ਸਾਈਡ ਤੋਂ ਇੱਦਾਂ ਪੈਰ ਕਿਸਦਾ ਗਿਆ, ਫਰੰਟ ਸਾਈਡ ਤੋਂ ਉਂਗਲਾਂ ਵੀ ਛਿਲਦੇ ਗਏ, ਉੱਦਾਂ ਹੀ ਘਰੇ ਲਿਜਾ ਕੇ ਘਰਦਿਆਂ ਨੂੰ ਫੜਾ ਤਾ। ਅਤੇ ਘਰੇ ਸੀ ਉਹਦੀ ਘਰਵਾਲੀ ਸੀ, ਸਿਰਫ ਉੱਥੇ 2 ਬੱਚੇ ਸੀ, ਬੱਚੇ ਛੋਟੇ ਨੇ। ਉਹਨਾਂ ਨੂੰ ਤਾਂ ਜਾ ਕੇ ਇਹ ਕਿਹਾ, ਕਹਿੰਦੇ ਵੀ ਅਸੀਂ ਉਹ ਸ਼ਰਾਬ ਪੀਤੀ ਆ ਥੋੜ੍ਹੀ ਥੋੜ੍ਹੀ ਉਹ ਵੀ ਮਤਲਬ, ਬਟ ਇਹਨੂੰ ਕਿਸੇ ਕਾਰਨ ਪਤਾ ਨਹੀਂ ਕਿਉਂ ਵੀ ਹਿੱਟ ਕਰ ਗਈ ਸ਼ਰਾਬ, ਇਹਨੂੰ ਜ਼ਿਆਦਾ ਨਸ਼ਾ ਹੋ ਗਿਆ, ਇਹਦੇ ਸਿਰ 'ਚ ਪਾਣੀ ਪਾ ਦਿਉ ਅਤੇ ਅਚਾਰ ਚੂਰ ਖਿਲਾ ਦਿਉ, ਇੱਦਾਂ ਕਰਕੇ ਕਹਿੰਦੇ ਠੀਕ ਹੋ ਜੂਗਾ। ਇੱਦਾਂ ਘਰਦਿਆਂ ਨੂੰ ਦੱਸਿਆ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਕਿਹੜਾ ਪਤਾ ਸੀਗਾ ਕੀ ਹੁੰਦਾ ਕੀ ਨਹੀਂ, ਅਤੇ ਉਹ ਘਰ ਪਾਏ ਰਹੇ ਉਹਨਾਂ ਨੇ। ਬਟ ਰਾਤ ਉਹਨਾਂ ਨੇ ਫੋਨ ਵੀ ਕੀਤੇ ਨੇ, ਉਹਨਾਂ ਨੇ ਫੋਨ ਬੰਦ, ਉਹਨਾਂ ਨੇ ਫਿਰ ਫੋਨ ਬਲੌਕ ਕਰਤੇ, ਉਹਨਾਂ ਨੂੰ ਪੁੱਛਣ ਲਈ ਫੋਨ ਕਰਿਆ ਵੀ ਦਾਰੂ ਤਾਂ ਨਹੀਂ ਵੀ ਕੁਛ, ਕਿਉਂਕਿ ਦਾਰੂ ਦੀ ਸਮੈਲ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਨਾ, ਆਪਾਂ ਨੂੰ ਸਭ ਨੂੰ ਪਤਾ, ਉਹਨਾਂ ਨੂੰ ਕੋਈ ਸਮੈਲ ਨਹੀਂ ਆ ਰਹੀ ਸੀ, ਕੁਛ ਨਹੀਂ ਆ ਰਿਹਾ ਸੀਗਾ, ਅਤੇ ਉਹਨਾਂ ਨੂੰ ਫੋਨ ਕਰਿਆ, ਉਹਨਾਂ ਨੇ ਨੰਬਰ ਹੀ ਬਲੌਕ ਪਾਤੇ ਸਾਰੇ। ਇਹ ਸਰ ਇਹਨਾਂ ਦੇ ਬ੍ਰਦਰ ਸੀ ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਦੇ, ਜਿਹੜਾ ਮਰਨ ਵਾਲਾ ਬੰਦਾ ਸੀ, ਉਹਨਾਂ ਨੇ ਬਿਆਨ ਲਿਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁਮਾਰ ਭੋਲੂ ਨਾਂ ਦਾ ਬੰਦਾ ਜਿਹੜਾ ਹੈਗਾ ਵੀ ਉਹ ਨਾਲ ਲੈ ਕੇ ਗਿਆ ਸੀ ਅਤੇ ਉਹਨੂੰ ਨਸ਼ਾ ਖਵਾ ਕੇ ਸਾਡੇ ਘਰ ਛੱਡ ਗਿਆ, ਅਤੇ ਵੀ ਨਸ਼ੇ ਖਵਾ ਕੇ ਉਹਨੂੰ ਸਾਡੇ ਘਰ ਛੱਡ ਗਿਆ ਸੀ, ਵੀ ਉਦੋਂ ਬਾਅਦ 'ਚ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਅਤੇ ਉਦੋਂ ਬਾਅਦ 'ਚ ਅਸੀਂ ਉਹਨੂੰ ਹਸਪਤਾਲ ਲੈ ਕੇ ਗਏ ਅਤੇ ਰਸਤੇ ਜਾਂਦੇ ਹੋਏ ਡੈਥ ਹੋ ਗਈ। ਨਸ਼ਾ ਟੀਕਾ ਟੂਕਾ ਲਾਇਆ ਕੋਈ ਚਿੱਟੇ ਦਾ ਟੀਕਾ, ਫਿਰ ਇਸ ਸੰਬੰਧ 'ਚ ਕਾਰਵਾਈ ਕੀਤੀ ਗਈ, ਪਰਚਾ ਦਰਜ ਕੀਤਾ ਜੀ 304 ਇਹ ਸੰਜੀਵ ਕੁਮਾਰ ਉਰਫ ਭੋਲੀ ਦੇ ਅਤੇ 7-8 ਬੰਦਿਆਂ ਦੇ ਹੋਰ ਖਿਲਾਫ ਜਿਹੜੇ ਵੇਚਣ ਵਾਲਿਆਂ ਦੇ ਨਾਂ ਦੱਸੇ ਨੇ ਉਹਨਾਂ ਦੇ ਸੀ ਰੋਟੀ ਇਨਵੈਸਟੀਗੇਸ਼ਨ ਦੱਸ ਸਕਦੇ ਇਹ 'ਚ ਲੇਡੀਜ਼ ਨੇ ਜ਼ਿਆਦਾ ਸ਼ਾਮਿਲ ਜਿਹੜੀ ਇੱਕ ਪਰਚਾ ਦਰਜ ਕੀਤਾ ਲੇਡੀਜ਼ ਵੀ ਨੇ ਬੰਦੇ ਜੀ ਅਤੇ ਮੁੱਢਲੀ ਜਾਂਚ 'ਚ ਪਤਾ ਕੀ ਲੱਗਿਆ ਜੀ ਕਿੱਥੇ ਇਹਨਾਂ ਨੇ ਸੇਵਨ ਕਰਿਆ ਸੀਗਾ ਇਹਨਾਂ ਨੇ ਉੱਥੇ ਆਪਣੇ ਮੁੱਢਲੀ ਜਾਂਚ 'ਚ ਇਹ ਪਤਾ ਲੱਗਿਆ ਵੀ ਉੱਥੋਂ ਲੈ ਕੇ ਆਏ ਸੀ ਰੋਟੀ ਛੰਨਾ ਤੋਂ ਅਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ 'ਚ ਅਨਾਜ ਮੰਡੀ ਬਸ ਮ੍ਰਿਤਕ ਦਾ ਨਾਮ ਕੀ ਆ ਵਿਆਹ ਹੋਇਆ ਸੀ ਸਤਵਿੰਦਰ ਸਿੰਘ ਆ ਜੀ ਮ੍ਰਿਤਕ ਦਾ ਨਾਮ ਵਿਆਹ ਹੋਇਆ ਸੀ ਹਾਂ ਨਾਭੇ ਉੱਥੇ ਲਿਖਿਆ ਹੋਇਆ ਸੀ ਪਰਚਾ ਦਰਜ ਕਰਤਾ ਗ੍ਰਿਫਤਾਰੀ ਹੋਈ ਕਿਸੇ ਪਕੜਾ ਨਹੀਂ ਹਜੇ ਕਰਨੀ ਹਜੇ ਪੋਸਟਮਾਰਟਮ ਕਰਾ ਲਈਏ ਫਿਰ